ਯੁਵਾ ਕਲਾਕਾਰ ਦਾ ਵੇਖਿਆ ਹੋਣਾ ਜਿਸ ਦੀਆਂ ਅਕਸਰ ਵੀਡੀਓ ਤਸਵੀਰਾਂ ਵਾਇਰਲ ਹੁੰਦੀਆਂ ਨੇ ਤੇ ਬਠਿੰਡਾ ਦੇ ਇਹਨਾਂ ਕਲਾਕਾਰਾਂ ਨੂੰ ਉਸ ਵੇਲੇ ਭਾਜੜ ਪਈ ਜਦੋਂ ਇਹਨਾਂ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਪੁਲਿਸ ਨੇ ਛਾਪਾ ਮਾਰਿਆ। ਦਰਅਸਲ ਇਹ ਬਿਨਾਂ ਮਨਜ਼ੂਰੀ ਦੇ ਫਿਲਮ ਸ਼ੂਟ ਕਰ ਰਹੇ ਸੀ ਜਿਸ ਦੀ ਜਾਣਕਾਰੀ SSP ਬਠਿੰਡਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਅਦਾਕਾਰਾਂ ਤੋਂ ਪਰਮਿਸ਼ਨ ਮੰਗੀ। ਕੋਈ ਪੰਜਾਬੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜੀ, ਉਹਨਾਂ ਨੇ ਕੋਈ ਇਹ 4 ਲੇਨ ਹੈ, ਇੱਕ ਪਾਸੇ ਥੋੜ੍ਹਾ ਰਸਤਾ ਬੰਦ ਕਰਕੇ ਦੂਜੇ ਪਾਸੇ ਦੀ ਟ੍ਰੈਫਿਕ ਲੰਘ ਰਿਹਾ ਸੀ। ਉਹ ਹੁਣ ਚੱਕਤਾ ਜੀ ਸਾਰਾ ਖਾਲੀ ਹੈ ਰਸਤਾ, ਪਤਾ ਨਹੀਂ ਇਹਨਾਂ ਨੇ ਸਵੇਰ ਦੁਪਹਿਰੇ ਕੀਤਾ ਹੋਣਾ ਜੀ, ਕਿਤੇ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ, ਅਸੀਂ ਮੌਕੇ 'ਤੇ ਆਏ ਅਤੇ ਰਸਤਾ ਸਾਡੇ ਆਉਣ ਤੋਂ ਪਹਿਲਾਂ ਲੋਕਾਂ ਨੇ ਕਿਹਾ ਹੋਣਾ ਜੀ, ਇਤਰਾਜ਼ ਕੀਤਾ ਹੋਣਾ, ਸਾਡੇ ਤਾਂ ਇਨਫੋਰਮੇਸ਼ਨ ਪਹੁੰਚੀ ਫਿਰ ਹੁਣ ਚੱਕ ਲਿਆ ਸਮਾਨ, ਚੱਕ ਲਿਆ ਜੀ ਸਾਰਾ ਚੱਕ। ਰੋਡ ਰੋਕੇ ਹੋਏ ਆ? ਹਾਂਜੀ। ਕੌਣ ਹੈ ਜੀ ਇਹ, ਕਿਹੜਾ ਰੋਡ ਹੈ, ਸ਼ੂਟਿੰਗ ਕਰਨ ਆਏ ਸੀ? ਕੌਣ ਸੀ ਇਹ, ਕੋਈ ਪਰਮਿਸ਼ਨ ਲੈਤੀ ਹੈ ਤੁਹਾਡੀ? ਪਰਮਿਸ਼ਨ ਕਹਿੰਦੇ ਸੀ ਇਸੀ ਤੋਂ, ਕਹਿੰਦੇ ਪਰਮਿਸ਼ਨ ਲੈਤੀ ਹੋਈ ਆ, ਪਰ ਅਸੀਂ ਦੇਖੀ ਕੋਈ ਨਹੀਂ। ਇਹਦੇ ਕੋਲੋਂ ਲੈਤੀ? ਅਸੀਂ ਕੋਈ ਦੇਖੀ ਨਹੀਂ ਪਰਮਿਸ਼ਨ ਦੀ, ਆ ਬਾਬੂ ਜੀ ਕੋਈ ਨਹੀਂ। ਇਹ 11:30 ਵਜੇ ਦੇ? ਹਾਂਜੀ। ਕਿੰਨੇ ਕੁ ਲੋਕ ਖਰਾਬ ਹੋਏ, ਖੱਜਲ ਖੁਆਰ ਹੋਏ ਇੱਥੇ? ਉਹ ਤਾਂ ਖੱਜਲ ਖਰਾਬ ਹੋਣੀ ਹੈ ਜੀ, ਜਾਮ ਕਰ ਛੱਡਿਆ, ਇਹ ਜਾਮ ਕਰ ਨਹੀਂ ਸਕਦੇ ਜਿਹਦੇ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਉੱਧਰੋਂ ਦੀ ਆਏ ਅਸੀਂ, ਹੁਣ ਸਾਨੂੰ ਇੱਧਰੋਂ ਦੀ ਆਉਣਾ ਪੈ ਰਿਹਾ ਹੈਗਾ, ਕਾਫੀ ਸਾਨੂੰ ਮੁਸ਼ਕਿਲਾਂ ਸਾਹਮਣਾ ਕਰਨਾ। ਪਹਿਲੀ ਗੱਲ ਤਾਂ ਇਹਨਾਂ ਕੋਲ ਕੋਈ ਮਨਜ਼ੂਰੀ ਨਹੀਂ, ਕੋਈ ਅਥਾਰਟੀ ਨਹੀਂ ਜੀ, ਇਹ ਜਾਮ ਲਾ ਨਹੀਂ ਸਕਦੇ ਜੀ। ਪਰੇਸ਼ਾਨੀ ਆਈ ਹੈ, ਵੈਸੇ ਜੋ ਵੀ ਕੋਈ ਫਿਲਮ ਦੀ ਸ਼ੂਟਿੰਗ ਹੈ ਜਾਂ ਕਿਤੇ ਵੀ ਕੋਈ ਹੈਗਾ ਤਾਂ ਉਹ ਪੁਲਿਸ ਪ੍ਰਸ਼ਾਸਨ ਦੀ ਪਰਮਿਸ਼ਨ ਤੋਂ ਬਗੈਰ ਕਰ ਨਹੀਂ ਸਕਦੇ। ਇਸ ਤਰ੍ਹਾਂ ਲੋਕਾਂ ਲਈ ਸਮੱਸਿਆ ਬਣੇ ਇਹ ਅਦਾਕਾਰ ਬਿਨਾਂ ਮਨਜ਼ੂਰੀ ਸੜਕ ਬੰਦ ਕਰ ਫਿਲਮਾਂ ਬਣਾ ਰਹੇ ਸੀ, ਜੋ ਕਿ ਗਲਤ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਪਰੇਸ਼ਾਨ ਹੁੰਦੇ ਹੋ ਤਾਂ ਪੁਲਿਸ ਨਾਲ ਸੰਪਰਕ ਕਰ ਸਕਦੇ ਹੋ। ਬਿਊਰੋ ਰਿਪੋਰਟ, ਪੰਜਾਬੀ ਟੀਵੀ।